ਅਸੀਂ ਸਿੰਘੋ ਦੇ ਬੰਦਿਆਂ ਤੋਂ ਤੇਲ ਦੇ ਪੈਸੇ ਲੈਣੇ ਸੀਗੇ ਜੀ, ਤੇ ਉਹਨਾਂ ਦਾ ਮੇਰੇ ਨਾਲ ਫਾਈਨਾਂਸ ਦੇ ਵਿੱਚ ਕੋਈ ਕੁਛ ਕੰਮ ਕਾਜ ਸੀ, ਤਾਂ ਉਸ ਟਾਈਮ ਉਹਨਾਂ ਨੇ ਕਿਸ਼ਤਾਂ ਰੋਕ ਕੇ ਆਪ ਲੈਣ ਲੱਗ ਗਏ, ਤੇ ਜਦੋਂ ਤੇਲ ਦੇ ਅਸੀਂ ਪੈਸੇ ਮੰਗੇ ਤਾਂ ਮਨਾ ਕਰਤਾ, ਇਸ ਕਰਕੇ ਅਸੀਂ ਦਰਖਾਸਤ ਦਿੱਤੀ ਸਿੰਘੋ ਚੌਂਕੀ ਦੇ ਵਿੱਚ। ਹੁਣ ਪ੍ਰਸ਼ਾਸਨ ਨੇ ਤੇ ਕੁਛ ਬੰਦਿਆਂ ਨੇ ਮਿਲ ਕੇ ਸਾਡਾ ਦਿਨ ਮੰਗਲਵਾਰ ਦਾ ਰੱਖਤਾ ਤੇ ਵਧੀਆ ਤੁਰੇ ਆ ਅਸੀਂ ਸਾਰੇ। ਇਹਨਾਂ ਨੇ ਸਾਡੇ ਮਗਰ ਗੱਡੀਆਂ ਲਾ ਲਈਆਂ, ਇਹਨਾਂ ਨੇ ਤੁਸੀਂ ਪੈਸੇ ਲੈਣੇ ਸੀ? ਹਾਂ, ਜਿਨ੍ਹਾਂ ਤੋਂ ਅਸੀਂ ਪੈਸੇ ਲੈਣੇ ਸੀ, ਇਸ ਕਰਕੇ ਇਹਨਾਂ ਨੇ ਜੰਬਰ ਬਸਤੀ ਤੋਂ ਪਿੱਛੇ ਬਾਜੀਗਰ ਢਾਣੀ ਚ ਪਿਸਟਲ ਨਾਲ ਸਾਡੇ ਤੇ ਫਾਇਰ ਕਰਤਾ। ਅਸੀਂ ਇਹਨਾਂ ਦੇ ਮਗਰ ਗੱਡੀ ਲਾ ਲਈ ਵੀ ਚਲੋ ਵੀ ਗੱਡੀ ਦਾ ਪਤਾ ਤਾਂ ਕਰੀਏ ਵੀ ਕਿਹੜੀ ਆ। ਕਚਹਿਰੀਆਂ ਕੋਲੇ ਆ ਕੇ ਕੈਮਰੇ ਲੱਗੇ ਆ, ਉਤਰ ਕੇ ਇਹਨਾਂ ਨੇ ਪੰਪ ਗਨ ਨਾਲ ਫਾਇਰ ਮਾਰਿਆ, ਜਿਹੜਾ ਫਾਇਰ ਵੱਜਿਆ ਹੋਇਆ ਜੀ, ਤੇ ਦੋ ਤਿੰਨੇ ਬੰਦਿਆਂ ਨੇ ਸਾਡਿਆਂ ਦੇ ਛਰਲੇ ਲੱਗੇ। ਕਿੰਨੇ ਵਜੇ ਦੀ ਘਟਨਾ ਇਹ? ਘੰਟਾ ਕੁ ਪਹਿਲਾਂ ਦੀ ਘਟਨਾ ਜੀ। ਤੇ ਕਿੰਨੇ ਕੁ ਬੰਦੇ ਸੀ ਸਾਰੇ ਜਿੰਨੇ ਹੈਗੇ? ਉਹ 4-5 ਜਣੇ ਸੀਗੇ ਜੀ। ਗੱਡੀ ਤੇ ਸੀ? ਹਾਂ, ਗੱਡੀ ਤੇ ਸੀ, ਹੁਣ ਵੀ ਉਹ ਗੇੜੇ ਦੇ ਰਿਹਾ, ਸਵਿਫਟ ਗੱਡੀ ਸੀ। ਤੇ ਫਿਰ ਤੁਸੀਂ ਪੁਲਿਸ ਨੂੰ ਦਿੱਤੀ ਅੰਤਰਾ? ਅਸੀਂ ਪ੍ਰਸ਼ਾਸਨ ਕੋਲ ਖੜੇ ਆ ਥਾਣੇ ਦੇ ਵਿੱਚ ਜੀ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਤਾਂ ਗੁੰਡਾਗਰਦੀ ਆ, ਬਦਮਾਸ਼ੀ ਆ। ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਗੁੰਡਾਗਰਦੀ ਬਦਮਾਸ਼ੀ ਬੰਦ ਕਰਤੀ, ਲੇਕਿਨ ਇਹ ਤਾਂ ਥਾਣੇ ਦੇ ਕੋਲ ਹੀ ਘਟਨਾ ਹੋ ਗਈ ਜੀ, ਇੱਥੇ ਨਾਲ ਹੀ ਥਾਣਾ ਗਾ ਜੀ, ਪੰਜਾਂ ਕੋਲੇ ਅਸਲੇ ਸੀਗੇ। ਤੇ ਹੁਣ ਜੋ ਤੁਹਾਡੇ ਫਾਇਰ ਕੀਤੇ, ਫਿਰ ਤੁਸੀਂ ਕਹਿੰਦੇ ਬੱਚੇ ਕਿੱਥੇ ਆ? ਜਦੋਂ ਸਾਡੇ ਫਾਇਰ ਵੱਜਿਆ ਜੀ, ਇੱਕ ਬੰਦੇ ਦੇ ਸ਼ਰਲਾ ਵੱਜਿਆ, ਅਸੀਂ ਆਖਿਆ ਵੀ ਆਪਣੀ ਬੈਸ ਕਿਹਦੇ ਨਾਲ ਆ ਗਈ, ਇਸ ਕਰਕੇ ਅਸੀਂ ਗੱਡੀ ਦਾ ਪਤਾ ਕਰਨ ਵਾਸਤੇ ਉਹਨਾਂ ਦੇ ਗੱਡੀ ਮਗਰ ਲਾ ਲਈ। ਜਦੋਂ ਅਸੀਂ ਗੱਡੀ ਮਗਰ ਲਾ ਲਈ ਤਾਂ ਉਹਨਾਂ ਨੇ ਕਚਹਿਰੀਆਂ ਕੋਲੇ ਰੋਕ ਕੇ ਸਾਡੀ ਗੱਡੀ ਦੇ ਸਾਹਮਣੇ ਸਿੱਧਾ ਪੰਪ ਗੰਦ ਨਾਲ ਫਾਇਰ ਮਾਰਿਆ ਸੁਖਪਾਲ ਕਾਲੀ ਨੇ। ਅੱਛਾ, ਪਹਿਲਾਂ ਉਹਨਾਂ ਨੇ ਗੱਡੀ ਤੇ ਫਾਇਰ ਕੀਤਾ ਫਿਰ ਸਿੱਧਾ ਮਾਰਿਆ ਫਿਰ? ਹਾਂ, ਫਿਰ ਪਹਿਲਾਂ ਸਾਡੀ ਗੱਡੀ ਤੇ ਫਾਇਰ ਕੀਤਾ, ਫਿਰ ਸਾਡੀ ਗੱਡੀ ਦੇ ਸਿੱਧਾ ਫਾਇਰ ਮਾਰਿਆ। ਪਹਿਲਾਂ ਜਿਹੜਾ ਪਹਿਲਾ ਫਾਇਰ ਸੀ ਉਹ ਕਿੱਥੇ ਕਿੱਥੋਂ? ਉਹ ਜੰਬਰ ਬਸਤੀ ਕੋਲ ਬਾਜੀਗਰ। ਗੱਡੀ ਦੇ ਕਿੱਥੇ ਵੱਜਿਆ ਸੀ? ਸਾਡੀ ਗੱਡੀ ਦੇ ਉੱਪਰ ਦੀ ਟੱਪ ਗਿਆ ਜੀ ਉਹ। ਹਾਂ, ਫਾਇਰਿੰਗ ਹੋਈ, ਸਾਨੂੰ ਪਤਾ ਲੱਗ ਗਿਆ ਵੀ ਬੰਦੇ ਨੇ ਟਾਕੀ ਖੋਲ ਕੇ ਅਸਲਾ ਕੱਢ ਕੇ ਫਾਇਰ ਕਰਤਾ ਆਪਣੇ ਤੇ ਜੀ। ਤਾਂ ਇਸ ਕਰਕੇ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਤੁਹਾਡੇ ਸਾਹਮਣੇ ਆ ਸਾਰੀ ਚੀਜ਼, ਸਾਡੇ ਬੰਦੇ 3 ਆ ਜ਼ਖਮੀ ਆ ਜੀ, ਤਾਂ ਸਾਨੂੰ ਇਨਸਾਫ ਚਾਹੀਦਾ ਜੀ, ਕਿਉਂਕਿ ਜੇ ਉਹਨਾਂ ਨੇ ਬਦਮਾਸ਼ੀ ਕਰਨੀ ਹੈ ਚਲੋ ਬਦਮਾਸ਼ੀ ਵਾਲੀ ਅਸੀਂ ਲਾਈਨ 'ਚ ਨੀਗੇ, ਤੇ ਬਦਮਾਸ਼ੀ ਕਰਨੀ ਹੈ ਸਾਡੇ ਨਾਲ ਸਾਨੂੰ ਦੱਸ ਕੇ ਆਉਣ, ਨਿਹੱਤੇ ਬੰਦੇ ਤੇ ਕੀ ਫਾਇਰ ਕਰਨਾ? ਅਸੀਂ ਤਾਂ ਆਪਦਾ ਸਿੰਪਲ ਘਰ ਨੂੰ ਜਾ ਰਹੇ ਆ ਆਪਦੇ ਪੈਟਰੋਲ ਪੰਪ ਤੋਂ, ਤੇ ਉਹਨਾਂ ਨੇ ਫਾਇਰ ਕੀਤਾ ਸਾਡੇ ਤੇ ਜੀ। ਕਿਹੜਾ ਪੈਟਰੋਲ ਪੰਪ ਕਿੱਥੇ ਆ? ਸਿੰਘੋ ਸ਼੍ਰੀ ਦਮਦਮਾ ਫਿਲਿੰਗ ਸਟੇਸ਼ਨ, HP ਕੰਪਨੀ ਦਾ ਆਪਣਾ ਪੈਟਰੋਲ ਪੰਪ ਆ ਜੀ। ਅਸੀਂ ਸਿੰਘੋ ਦੇ ਬੰਦਿਆਂ ਤੋਂ ਤੇਲ ਦੇ ਪੈਸੇ ਲੈਣੇ ਸੀਗੇ ਜੀ, ਤੇ ਉਹਨਾਂ ਦਾ ਮੇਰੇ ਨਾਲ ਫਾਈਨਾਂਸ ਦੇ ਵਿੱਚ ਕੋਈ ਕੁਛ ਕੰਮ ਕਾਜ ਸੀ, ਤਾਂ ਉਸ ਟਾਈਮ ਉਹਨਾਂ ਨੇ ਕਿਸ਼ਤਾਂ ਰੋਕ ਕੇ ਆਪ ਲੈਣ ਲੱਗ ਗਏ, ਤੇ ਜਦੋਂ ਤੇਲ ਦੇ ਅਸੀਂ ਪੈਸੇ ਮੰਗੇ ਤਾਂ ਮਨਾ ਕਰਤਾ, ਇਸ ਕਰਕੇ ਅਸੀਂ ਦਰਖਾਸਤ ਦਿੱਤੀ ਸਿੰਘੋ ਚੌਂਕੀ ਦੇ ਵਿੱਚ। ਹੁਣ ਪ੍ਰਸ਼ਾਸਨ ਨੇ ਤੇ ਕੁਛ ਬੰਦਿਆਂ ਨੇ ਮਿਲ ਕੇ ਸਾਡਾ ਦਿਨ ਮੰਗਲਵਾਰ ਦਾ ਰੱਖਤਾ ਤੇ ਵਧੀਆ ਤੁਰੇ ਆ ਅਸੀਂ ਸਾਰੇ। ਇਹਨਾਂ ਨੇ ਸਾਡੇ ਮਗਰ ਗੱਡੀਆਂ ਲਾ ਲਈਆਂ, ਇਹਨਾਂ ਨੇ ਤੁਸੀਂ ਪੈਸੇ ਲੈਣੇ ਸੀ? ਹਾਂ, ਜਿਨ੍ਹਾਂ ਤੋਂ ਅਸੀਂ ਪੈਸੇ ਲੈਣੇ ਸੀ, ਇਸ ਕਰਕੇ ਇਹਨਾਂ ਨੇ ਜੰਬਰ ਬਸਤੀ ਤੋਂ ਪਿੱਛੇ ਬਾਜੀਗਰ ਢਾਣੀ ਚ ਪਿਸਟਲ ਨਾਲ ਸਾਡੇ ਤੇ ਫਾਇਰ ਕਰਤਾ। ਅਸੀਂ ਇਹਨਾਂ ਦੇ ਮਗਰ ਗੱਡੀ ਲਾ ਲਈ ਵੀ ਚਲੋ ਵੀ ਗੱਡੀ ਦਾ ਪਤਾ ਤਾਂ ਕਰੀਏ ਵੀ ਕਿਹੜੀ ਆ। ਕਚਹਿਰੀਆਂ ਕੋਲੇ ਆ ਕੇ ਕੈਮਰੇ ਲੱਗੇ ਆ, ਉਤਰ ਕੇ ਇਹਨਾਂ ਨੇ ਪੰਪ ਗਨ ਨਾਲ ਫਾਇਰ ਮਾਰਿਆ, ਜਿਹੜਾ ਫਾਇਰ ਵੱਜਿਆ ਹੋਇਆ ਜੀ, ਤੇ ਦੋ ਤਿੰਨੇ ਬੰਦਿਆਂ ਨੇ ਸਾਡਿਆਂ ਦੇ ਛਰਲੇ ਲੱਗੇ। ਕਿੰਨੇ ਵਜੇ ਦੀ ਘਟਨਾ ਇਹ? ਘੰਟਾ ਕੁ ਪਹਿਲਾਂ ਦੀ ਘਟਨਾ ਜੀ। ਤੇ ਕਿੰਨੇ ਕੁ ਬੰਦੇ ਸੀ ਸਾਰੇ ਜਿੰਨੇ ਹੈਗੇ? ਉਹ 4-5 ਜਣੇ ਸੀਗੇ ਜੀ। ਗੱਡੀ ਤੇ ਸੀਗੇ? ਹਾਂ, ਗੱਡੀ ਤੇ ਸੀ, ਹੁਣ ਵੀ ਉਹ ਗੇੜੇ ਦੇ ਰਿਹਾ, ਸਵਿਫਟ ਗੱਡੀ ਸੀ। ਤੇ ਫਿਰ ਤੁਸੀਂ ਪੁਲਿਸ ਨੂੰ ਦਿੱਤੀ ਅੰਤਰਾ? ਅਸੀਂ ਪ੍ਰਸ਼ਾਸਨ ਕੋਲ ਖੜੇ ਆ ਥਾਣੇ ਦੇ ਵਿੱਚ ਜੀ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਤਾਂ ਗੁੰਡਾਗਰਦੀ ਆ, ਬਦਮਾਸ਼ੀ ਆ। ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਗੁੰਡਾਗਰਦੀ ਬਦਮਾਸ਼ੀ ਬੰਦ ਕਰਤੀ, ਲੇਕਿਨ ਇਹ ਤਾਂ ਥਾਣੇ ਦੇ ਕੋਲ ਹੀ ਘਟਨਾ ਹੋ ਗਈ ਜੀ, ਇੱਥੇ ਨਾਲ ਹੀ ਥਾਣਾ ਗਾ ਜੀ, ਪੰਜਾਂ ਕੋਲੇ ਅਸਲੇ ਸੀਗੇ। ਤੇ ਹੁਣ ਜੋ ਤੁਹਾਡੇ ਫਾਇਰ ਕੀਤੇ, ਫਿਰ ਤੁਸੀਂ ਕਹਿੰਦੇ ਬੱਚੇ ਕਿੱਥੇ ਆ? ਜਦੋਂ ਸਾਡੇ ਫਾਇਰ ਵੱਜਿਆ ਜੀ, ਇੱਕ ਬੰਦੇ ਦੇ ਸ਼ਰਲਾ ਵੱਜਿਆ, ਅਸੀਂ ਆਖਿਆ ਵੀ ਆਪਣੀ ਬੈਸ ਕਿਹਦੇ ਨਾਲ ਆ ਗਈ, ਇਸ ਕਰਕੇ ਅਸੀਂ ਗੱਡੀ ਦਾ ਪਤਾ ਕਰਨ ਵਾਸਤੇ ਉਹਨਾਂ ਦੇ ਗੱਡੀ ਮਗਰ ਲਾ ਲਈ।
ਜਦੋਂ ਅਸੀਂ ਗੱਡੀ ਮਗਰ ਲਾ ਲਈ ਤਾਂ ਉਹਨਾਂ ਨੇ ਕਚਹਿਰੀਆਂ ਕੋਲੇ ਰੋਕ ਕੇ ਸਾਡੀ ਗੱਡੀ ਦੇ ਸਾਹਮਣੇ ਸਿੱਧਾ ਪੰਪ ਗੰਦ ਨਾਲ ਫਾਇਰ ਮਾਰਿਆ ਸੁਖਪਾਲ ਕਾਲੀ ਨੇ। ਅੱਛਾ, ਪਹਿਲਾਂ ਉਹਨਾਂ ਨੇ ਗੱਡੀ ਤੇ ਫਾਇਰ ਕੀਤਾ ਫਿਰ ਸਿੱਧਾ ਮਾਰਿਆ ਫਾਇਰ? ਹਾਂ, ਫਿਰ ਪਹਿਲਾਂ ਸਾਡੀ ਗੱਡੀ ਤੇ ਫਾਇਰ ਕੀਤਾ, ਫਿਰ ਸਾਡੀ ਗੱਡੀ ਦੇ ਸਿੱਧਾ ਫਾਇਰ ਮਾਰਿਆ। ਪਹਿਲਾਂ ਜਿਹੜਾ ਪਹਿਲਾ ਫਾਇਰ ਸੀ ਉਹ ਕਿੱਥੇ ਕੀਤਾ ਹੋਵੇ? ਉਹ ਜੰਬਰ ਬਸਤੀ ਕੋਲ ਬਾਜੀਗਰ। ਗੱਡੀ ਦੇ ਕਿੱਥੇ ਵੱਜਿਆ ਸੀ? ਸਾਡੀ ਗੱਡੀ ਦੇ ਉੱਪਰ ਦੀ ਟੱਪ ਗਿਆ ਜੀ। ਫਾਇਰਿੰਗ ਹੋਈ, ਸਾਨੂੰ ਪਤਾ ਲੱਗ ਗਿਆ ਵੀ ਬੰਦੇ ਨੇ ਟਾਕੀ ਖੋਲ ਕੇ ਅਸਲਾ ਕੱਢ ਕੇ ਫਾਇਰ ਕਰਤਾ ਆਪਣੇ ਤੇ ਜੀ। ਤਾਂ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਤੁਹਾਡੇ ਸਾਹਮਣੇ ਆ ਸਾਰੀ ਚੀਜ਼, ਸਾਡੇ ਬੰਦੇ 3 ਆ ਜ਼ਖਮੀ ਆ ਜੀ, ਤਾਂ ਸਾਨੂੰ ਇਨਸਾਫ਼ ਚਾਹੀਦਾ ਜੀ। ਕਿਉਂਕਿ ਜੇ ਉਹਨਾਂ ਨੇ ਬਦਮਾਸ਼ੀ ਕਰਨੀ ਹੈ, ਚਲੋ ਬਦਮਾਸ਼ੀ ਵਾਲੀ ਅਸੀਂ ਲਾਈਨ 'ਚ ਨਹੀਂ ਗਏ, ਜੇ ਬਦਮਾਸ਼ੀ ਕਰਨੀ ਹੈ ਸਾਡੇ ਨਾਲ ਸਾਨੂੰ ਦੱਸ ਕੇ ਆਉਣ, ਨਿਹੱਤੇ ਬੰਦੇ 'ਤੇ ਕੀ ਫਾਇਰ ਕਰਨਾ? ਅਸੀਂ ਤਾਂ ਆਪਦਾ ਸਿੰਪਲ ਘਰ ਨੂੰ ਜਾ ਰਹੇ ਹਾਂ ਆਪਦੇ ਪੈਟਰੋਲ ਪੰਪ ਤੋਂ, ਤੇ ਉਹਨਾਂ ਨੇ ਫਾਇਰ ਕੀਤਾ ਸਾਡੇ 'ਤੇ ਜੀ। ਕਿਹੜਾ ਪੈਟਰੋਲ ਪੰਪ ਕਿੱਥੇ ਹੈ? ਸਿੰਘੋ ਸ਼੍ਰੀ ਦਮਦਮਾ ਫਿਲਿੰਗ ਸਟੇਸ਼ਨ, HP ਕੰਪਨੀ ਦਾ ਆਪਣਾ ਪੈਟਰੋਲ ਪੰਪ ਹੈ ਜੀ।